ਜਿੱਦਾਂ ਆਪ ਸਭ ਨੂੰ ਪਤਾ ਹੈ ਕਿ ਸੰਭੂ ਬਾਰਡਰ ਦੇ ਉੱਪਰ ਲਗਾਤਾਰ ਕਿਸਾਨੀ ਮੋਰਚਾ ਚੱਲਦਾ ਪਿਆ ਹੈਗਾ ਸੋ ਉੱਥੇ ਹੀ ਕੱਲ ਦਸ਼ਮੇਸ਼ ਪਤਾ ਕਲੰਗੀਤਰ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਨਜ਼ਰ ਆਇਆ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਕਿਸਾਨਾਂ ਨੇ ਬਾਜ ਨੂੰ ਦੇਖ ਕੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਬਾਜ ਪਹਿਲੀ ਜਾਂ ਦੂਜੀ ਵਾਰ ਨਹੀਂ ਇਹ ਬਹੁਤ ਵਾਰੀ ਨਜ਼ਰ ਆ ਚੁੱਕਿਆ ਹੈਗਾ ਜਦੋਂ ਪਿਛਲੀ ਵਾਰ ਕਿਸਾਨਾਂ ਨੇ ਲਾਲ ਕਿਲੇ ਦੇ ਉੱਪਰ ਨਿਸ਼ਾਨ ਸਾਹਿਬ ਚੜਾਇਆ ਸੀਗਾ ਤਾਂ ਉਸ ਟਾਈਮ ਵੀ ਇਹ ਬਾਜ ਉੱਪਰ ਗੇੜੇ ਕੱਢਦਾ ਨਜ਼ਰ ਆਇਆ ਸੀ ਬਾਜ ਨੂੰ ਦੇਖ ਕੇ ਕਿਸਾਨਾਂ ਦੇ ਹੌਸਲੇ ਨੇ ਜਿਹੜੇ ਕਿ ਦੁੱਗਣੇ بلند ਹੋ ਜਾਂਦੇ ਨੇ ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਆ ਸਾਰੇ ਲੋਕ ਇਹੀ ਮੰਨਦੇ ਨੇ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਨੇ ਉਹ ਆਪਣੇ ਕਿਸਾਨਾਂ ਦੀ ਰੱਖਿਆ ਕਰਦੇ ਪਏ ਨੇ ਜੋ ਕਿਸਾਨ ਇਸ ਮੋਰਚੇ ਦੇ ਵਿੱਚ ਸੰਘਰਸ਼ ਕਰਦੇ ਪਏ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜਰੂਰ ਲਿਖਿਓ ਰੱਬ ਰਾਖਾ